ਕਹਿੰਦੇ ਵੀ ਹੁਣ ਕੀ ਕਰੀਏ ਪੱਗਾਂ ਦਾੜੀਆਂ ਵਾਲਿਆਂ ਦਾ, ਬੋਲੋ ਵਾਹਿਗੁਰੂ। ਫਿਰ ਉਹਨਾਂ ਸਲਾਹ ਕੀਤੀ, ਕਹਿੰਦੇ ਵੀ ਇਸ ਕੌਮ ਨੇ ਓਨਾ ਚਿਰ ਨਹੀਂ ਮਰਨਾ ਜਿੰਨਾ ਚਿਰ ਇਹਨਾਂ ਦੀ ਸਟੇਜ ਇਹਨਾਂ ਦੇ ਕੋਲ ਆ। ਇਹ ਜਦੋਂ ਸਟੇਜ ਤੇ ਬਹਿੰਦੇ ਆ ਨਾ ਰਾਗੀ ਢਾਡੀ ਕਥਾ ਵਾਚਕ, ਇਹ ਇੱਕ ਜਾਣਾ ਸੁਣਾਉਂਦਾ ਏ ਤੇ ਅੱਗੇ 5000 ਬੰਦਾ ਬੋਲੋ ਸੁਣਦਾ ਏ। ਇਹ ਕੋਸ਼ਿਸ਼ ਕਰੋ ਵੀ ਇਹਨਾਂ ਦੀ ਰੀੜ ਦੀ ਹੱਡੀ ਤੋੜ ਦਿਓ, ਜਦੋਂ ਰੀੜ ਦੀ ਹੱਡੀ ਟੁੱਟ ਗਈ ਤੇ ਬਹਿਣਾ। ਉਹ ਸੀ ਪ੍ਰਚਾਰਕ, ਜਿੱਦਣ ਇਹਨਾਂ ਦੇ ਪ੍ਰਚਾਰਕ ਇਸ ਕੌਮ ਦੇ ਆਉਣ ਵਾਲੇ ਬੱਚਿਆਂ ਨੂੰ ਗੁਰਮਤ ਤੋਂ ਉਲਟ ਸਿੱਖਿਆ ਦੇਣਗੇ, ਕੌਮ ਮਰ ਜੂਗੀ। ਆਖੋ ਸਤਨਾਮ। ਅੱਜ ਉਹਨਾਂ ਦੀ ਇਹ ਸਕੀਮ ਬਿਲਕੁਲ ਪਾਸ ਆ, ਸਾਡੀ ਕੌਮ ਦੁਬਿਧਾ ਚ ਪੈ ਗਈ ਆ। ਅੱਜ ਘਰ ਚ ਵਿਆਹ ਹੁੰਦਾ ਏ, ਖੰਡ ਪਾਠ ਵੀ ਚਲੇ ਗਏ, ਸਹਿਜ ਪਾਠ ਵੀ ਚਲੇ ਗਏ, ਹੁਣ ਸੁਖਮਨੀ ਸਾਹਿਬ ਤੇ ਆ ਗਏ ਆ। ਆ ਸਾਡੇ ਦੁਆਬੇ ਚ ਤੇ ਇੱਦਾਂ ਤੁਹਾਡਾ ਨੀ ਪਤਾ, ਆਖੋ ਸਤਨਾਮ। ਤੇ ਜਪਜੀ ਸਾਹਿਬ 38 ਪੌੜੀਆਂ ਸੀ, ਬਾਬਾ ਜੀ 5 ਪੌੜੀਆਂ ਪੜਿਓ ਕੋਈ ਬਹਿੰਦਾ ਨੀ। 40 ਪੌੜੀਆਂ ਆਨੰਦ ਸਾਹਿਬ ਸੀ, ਬਾਬਾ ਜੀ 5 ਹੀ ਪੜਿਓ, ਇੰਨਾ ਪਿੱਛੇ ਨੂੰ ਤੁਰ ਕੇ ਆ ਗਏ। ਇੱਥੋਂ ਪਤਾ ਲੱਗਣ ਲੱਗ ਪਿਆ ਕਿ ਮੱਸੇ ਦੀ ਸੋਚ ਤਰੱਕੀ ਕਰ ਗਈ। ਆਖੋ ਸਤਨਾਮ। ਪੈਲਸ 'ਚ 18 ਘੰਟੇ ਜਾਗੋ, ਰਾਤ ਦੇ 1 ਵਜੇ ਤਾਈਂ, ਤੇ ਭੰਗੜਾ 9 ਘੰਟੇ, ਤੇ ਸੁਖਮਨੀ ਸਾਹਿਬ 1 ਘੰਟੇ 'ਚ ਬਾਬਾ ਗੁਰਦੁਆਰੇ ਛੱਡ ਆਈਦਾ। ਬੋਲੋ ਸਤਨਾਮ। ਐਸੇ ਚੀਜ਼ ਨੇ ਡੋਬਿਆ ਪੰਜਾਬ। ਕਹਿੰਦੇ